ਬਠਿੰਡਾ ਸ਼ਹਿਰ ਦੇ ਅੰਦਰ ਸ਼ਰੇਆਮ ਸਿਲੰਡਰਾਂ ਦੇ ਵਿੱਚੋਂ ਗੈਸ ਚੋਰੀ ਦਾ ਮਾਮਲਾ ਆਇਆ ਸਾਹਮਣੇ। 2 ਕਿਲੋ 200 ਗ੍ਰਾਮ ਇੱਕ ਸਿਲੰਡਰ ਦੇ ਵਿੱਚੋਂ ਗੈਸ ਕੀਤੀ ਜਾ ਰਹੀ ਹੈ ਚੋਰੀ। ਮਾਮਲਾ ਬਠਿੰਡਾ ਦੇ ਸੰਤਪੁਰਾ ਰੋਡ ਦਾ, ਜਿੱਥੇ ਇੱਕ ਭਾਰਤ ਗੈਸ ਏਜੰਸੀ ਦਾ ਡਿਲੀਵਰੀ ਬੁਆਏ ਜਦੋਂ ਉੱਥੇ ਸਿਲੰਡਰ ਦੇਣ ਆਇਆ ਤਾਂ ਇੱਥੇ ਇਸਦਾ ਭਾਰ ਤੋਲਿਆ ਗਿਆ। ਇਸਦਾ ਭਾਰ 29 ਕਿਲੋ 900 ਗ੍ਰਾਮ ਹੋਣਾ ਚਾਹੀਦਾ ਸੀ, ਲੇਕਿਨ ਇਹ ਭਾਰ 27 ਕਿਲੋ 700 ਗ੍ਰਾਮ ਹੀ ਨਿਕਲਿਆ। 2 ਕਿਲੋ 200 ਗ੍ਰਾਮ ਇਸਦੇ ਵਿੱਚੋਂ ਗੈਸ ਕੱਢੀ ਗਈ ਅਤੇ ਇਸ ਲਈ ਉਹ ਸ਼ਰਮਿੰਦਾ ਵੀ ਹੁੰਦਾ ਦਿਖਾਈ ਦਿੱਤਾ। ਉਸ ਨੇ ਕਿਹਾ ਕਿ ਇਹ ਗਲਤੀ ਹੋ ਚੁੱਕੀ ਹੈ। ਦੇਖ ਰਹੇ ਹੋ ਤਸਵੀਰਾਂ, 2 ਕਿਲੋ 200 ਗ੍ਰਾਮ ਇੱਕ ਸਿਲੰਡਰ ਦੇ ਵਿੱਚੋਂ ਗੈਸ ਲੋਕਾਂ ਨੂੰ ਘੱਟ ਦਿੱਤੀ ਜਾ ਰਹੀ, ਸ਼ਰੇਆਮ ਲੋਕਾਂ ਦੇ ਨਾਲ ਠੱਗਾ ਠੋਰੀ ਕੀਤੀ ਜਾ ਰਹੀ ਹੈ। ਇਸ ਸੰਬੰਧੀ ਅਜੇ ਮਾਮਲਾ ਬਠਿੰਡਾ ਦੇ ਸੰਤਪੁਰਾ ਰੋਡ ਦਾ ਸਾਹਮਣੇ ਆਇਆ, ਜਿੱਥੇ ਇਹ ਸਿਲੰਡਰ ਤੋਲਿਆ ਗਿਆ ਤਾਂ 2 ਕਿਲੋ 200 ਗ੍ਰਾਮ ਗੈਸ ਘੱਟ ਪਾਈ ਗਈ। ਆ ਦੋਸਤੋ, ਬਠਿੰਡਾ ਦੇ ਵਿੱਚ ਅੱਜ ਗੈਸ ਘੱਟ ਤੋਲਣ ਵਾਲਾ ਬੰਦਾ ਫੜਿਆ ਅਤੇ ਸੀਲਾਂ ਵੀ 2 ਟੁੱਟਾਂ ਲੱਗੀਆਂ ਹੋਈਆਂ ਨੇ, ਪਰ ਸਿਲੰਡਰ ਦੇ ਵਿੱਚ 2-2 ਕਿਲੋ ਗੈਸ ਜਿਹੜੀ ਹੈਗੀ ਉਹ ਘੱਟ ਹੈ ਅਤੇ ਅੱਜ ਤੋਲ ਕੇ ਦਿਖਾਉਣਾ ਸਾਨੂੰ ਚੱਕੀ 'ਤੇ। ਇੱਕ ਸਿਲੰਡਰ ਮਗਰ 2 ਕਿਲੋ ਤੇ 100 ਗ੍ਰਾਮ ਜਿਹੜੀ ਗੈਸ ਹੈ ਉਹ ਘੱਟ ਦੇ ਰਹੇ ਆ। ਇਹ ਭਾਰਤ ਗੈਸ ਦਾ ਸਿਲੰਡਰ ਹੈ ਅਤੇ ਆ ਜਾਓ ਆਪਾਂ ਇਹਦੇ ਨਾਲ ਵੀ ਕਰਦੇ ਹਾਂ ਗੱਲ। ਹਾਂ ਵੀ ਆਪਣੇ ਗੈਸ ਘੱਟ ਕਿਉਂ ਹੈ ਇਹਦੇ ਵਿੱਚ? ਗੈਸ ਘੱਟ ਕਿਉਂ ਹੈ ਕੀ ਦੱਸਾਂ ਬਸ ਕਿਵੇਂ ਨਾਲ ਦੱਸ ਤੂੰ ਗੱਡੀ ਹੈ ਕਿੰਨੀ ਗੱਡੀ ਹੈ? ਹਾਂਜੀ ਤੂੰ ਗੱਡੀ ਹੈ 2-2 ਕਿਲੋ ਹੈ? ਹਾਂਜੀ ਕਿਉਂ ਬਾਅਦ ਜੀ ਗਲਤੀ ਹੋ ਗਈ ਬਸ ਜਿਹੜੀ ਹੋਣੀ ਸੀ। ਨਹੀਂ ਮਤਲਬ ਜਿੰਨੇ ਸਿਲੰਡਰ ਦਿੰਦੇ ਸਾਰਾ ਚੋਂ ਕੱਢਦੇ 2-2 ਕਿਲੋ? ਨਾ 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 ਕਦੇ ਨਹੀਂ, ਕਦੇ ਅੱਜ ਹੀ ਗੱਡੀ ਹੈ ਬਸ ਅੱਜ ਹੀ ਹੋਇਆ ਸੀ ਕੰਮ ਬਸ। ਇਹਦੇ ਜਿੱਥੇ ਫੜਿਆ ਗਿਆ ਉੱਥੇ ਚੋਰ ਹੈ, ਜਿੱਥੇ ਨਹੀਂ ਫੜਿਆ ਗਿਆ ਜਿੰਨੇ ਸਿਲੰਡਰ ਸਾਰਿਆਂ 'ਚੋਂ 2-2 ਕਿਲੋ ਕੱਟੇ 'ਚ ਅਤੇ ਸੀਲ ਕਿਵੇਂ ਲਾਈ ਫਿਰ ਤੋੜ ਕੇ? ਸੀਲਾਂ ਤਾਂ ਲੱਗ ਜਾਂਦੀਆਂ ਸੀਲਾਂ ਕਿਵੇਂ ਲਾਈਆਂ? ਮਤਲਬ ਨਵੀਆਂ ਸੀਲਾਂ ਰੱਖੀਆਂ ਹੋਈਆਂ ਜਾਂ? ਨਾ 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 ਘੁੰਮ ਕੇ ਇਹੀ ਲੱਗੀਆਂ ਹੋਈਆਂ। ਹਾਂ ਖੋਲ ਕੇ ਦਿਖਾ ਸਾਨੂੰ ਇੱਕ। ਖੋਲਾ ਖੋਲਾ ਨਹੀਂ ਫਿਰ ਮੈਂ DFS ਨੂੰ ਬੁਲਾ ਲੂੰ ਇੱਥੇ ਫਿਰ ਖੋਲ ਜੂ। ਮਾੜੀ ਸ਼ਰਮ ਸ਼ੁਰਮਾ ਆਉਂਦੀ ਹੁਣ ਇੰਨੀ ਮਹਿੰਗਾਈ ਆ, ਤੂੰ  2-2 ਕਿਲੋ ਕੱਢੀ ਜਾਣਾ ਸਿਲੰਡਰ ਮੰਗ ਸਰ ਮਹਿਸੂਸ ਕਰ ਰਹੀ ਵੀ ਅੱਗੇ ਤਾਂ ਜਮਾ ਕੰਮ ਛੱਡਦਾ ਨਹੀਂ ਬਸ ਜਾ ਹੋ ਬਣ ਗਈ ਬਹੁਤ ਹੈ।
पता किमें लगे नंबर दस मुलाजम ने लिया सिलेंडर मैं चेक कराना है अपने कंडा लगे अंदर चेक किया घट से एक होर उन्हें बदल के दूजा देता वो चेक किया भी घट सीगा। अच्छा। फिर मैं रेडी रोक ली मैं नहीं जाना बुला दे मालिका बुला ला इतने बस वो मैडम जी आए वो कही है गलती होगी गलती होगी रोज का ही काम ही है केड़ा कोई पहली बार किता कोई नहीं दो चेक किए सारे ने वापस दो कि दोनों घट सी बाकी फिर आप कितने नहीं वह मनी जाता क्या मैं कटी है सिलेंडर चक के लेके गया भी दो किलो कट सी फिर बाबू जी ने फड़ लिया बोला खड़े करे कंडा सारे कट दें सिलेंडर तलवा के देना किसी कस्टमर की कंप्लेंट नहीं आनी चाहिए और सारिया पर्चिया शाम नूं मैं फोन करती हां कोले बैठे मैं फोन करके कस्टमर नूं स्पेशल करनी हां 1142 रुपए नहीं लेने अपन ज्यादा पैसे कस्टमर तो नहीं चार्ज कर सकते ये सारी इन्हों सवेरी कहा मैं सवेरे इन्हों सब कुछ उन्होंने समझा के फिर भेजा उसके बावजूद भी इन्होंने ये कहा नहीं ये जो सिलेंडर ने यह सिलेंडर मतलब तुहाडे कोल ले कदों ने आने सुबह लेके आए हैं जी जमा नहीं कर दे सही गल आप।